ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਚੀਕੇ ਨੇ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋਣ ਉਪਰੰਤ ਮੀਡੀਆ ਦੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਇਤਿਹਾਸਿਕ ਯੋਧਿਆਂ ਦੀ ਜੋ ਵੀ ਬੇਅਦਬੀ ਕਰਦਾ ਹੈ ਉਸ ਖਿਲਾਫ਼ ਅਕਾਲ ਤਖ਼ਤ ਸਾਹਿਬ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮੁੜ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਜੋ ਮਾਈ ਭਾਗੋ ਜੀ ਨਾਮ ਲੈ ਕੇ ਗਾਣਾ ਰਿਲੀਜ਼ ਕੀਤਾ ਉਹਨਾਂ ਕਾਰਨ ਇਟਲੀ 'ਚੋਂ 30 ਸਿੰਘ ਸਭਾਵਾਂ ਨੇ ਮੂਸੇਵਾਲੇ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਅਤੇ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਨੇ ਇਸ ਦੀ ਨਿਖੇਧੀ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬੀ ਨਾਲ ਜੁੜੇ ਗਾਇਕ ਨੇ ਗਲਤੀ ਕਰਨਾ ਵੱਡੀ ਗਲਤੀ ਕੀਤੀ ਹੋਈ ਆ ਕਿਉਂਕਿ ਕੋਈ ਹੋਰ ਧਰਮ ਤੋਂ ਹੁੰਦਾ ਤਾਂ ਵੱਖਰੀ ਗੱਲ ਸੀ ਪਰੰਤੂ ਸਿੱਖ ਹੋ ਕੇ ਅਜਿਹੀ ਗਲਤੀ ਕਰਨਾ ਮਾਫ਼ੀ ਦੇ ਕਾਬਿਲ ਨਹੀਂ। ਜੀਕੇ ਨੇ ਕਿਹਾ ਕਿ ਭਾਜਪਾ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਤੋਂ ਆਪਣਾ ਪੱਲਾ ਛੁਡਾਏਗੀ ਜਾਂ ਫਿਰ ਭਾਜਪਾ ਇੰਨੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ ਅਤੇ ਅਕਾਲੀ ਦਲ ਵੀ ਟੀਮ ਬਣ ਕੇ ਰਹਿ ਜਾਵੇਗਾ ਅਤੇ ਪੰਜਾਬ ਵਿੱਚ ਵੱਧ ਸੀਟਾਂ ਭਾਜਪਾ ਹਾਸਲ ਕਰੇਗੀ ਕਿਉਂਕਿ ਡੇਰਾ ਮਾਫ਼ੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਨੇ ਲੋਕਾਂ 'ਚੋਂ ਅਕਾਲੀ ਦਲ ਦਾ ਸ਼ੱਕ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ 2 ਅਕਤੂਬਰ ਨੂੰ ਆਪਣੀ ਪਾਰਟੀ ਦਾ ਐਲਾਨ ਕਰਨਗੇ ਜੋ ਸਿਰਫ ਧਾਰਮਿਕ ਪਾਰਟੀ ਹੋਵੇਗੀ, ਧਾਰਮਿਕ ਚੋਣ ਲੜੇਗੀ ਅਤੇ MP ਜਾਂ MLA ਦੀ ਕੋਈ ਚੋਣ ਨਹੀਂ ਲੜੇਗੀ। ਸਿੱਧੂ ਮੂਸੇਵਾਲੇ ਨੇ ਜਿਹੜਾ ਮਾਈ ਭਾਗੋ ਜੀ ਦਾ ਨਾਂ ਲੈ ਕੇ ਇੱਕ ਗਾਣਾ ਰਿਲੀਜ਼ ਕੀਤਾ ਉਹਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਨਿਖੇਧੀ ਹੋ ਰਹੀ ਹੈ। ਇਟਲੀ ਦੇ ਵਿੱਚ ਉਹ ਗਏ ਸੀ ਔਰ ਇਟਲੀ ਦੇ ਵਿੱਚ 30 ਸਿੰਘ ਸਭਾਵਾਂ ਨੇ ਉਹਦਾ ਪ੍ਰੋਗਰਾਮ ਕੈਂਸਲ ਕਰਾਇਆ। ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਚੀਮਾ ਸਾਹਿਬ ਸੀਨੀਅਰ ਆਗੂ ਉਹਨਾਂ ਦੀ ਗ੍ਰਿਫਤਾਰੀ ਮੰਗ ਰਹੇ ਨੇ ਔਰ ਦਿੱਲੀ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਦੇ ਘਰੋਂ ਡਿਨਰ ਕਰਕੇ ਇਟਲੀ ਦੀ ਫਲਾਈਟ ਪਰਸੋਂ ਰਾਤੀ ਫੜਦੇ ਆ, ਚੌਥ ਰਾਤੀ ਫੜਦੇ ਆ। ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਗੁਰੂਆਂ ਦੀ ਜਾਂ ਆਪਣੇ ਇਤਿਹਾਸਿਕ ਯੋਧਿਆਂ ਦੀ ਜੇ ਕੋਈ ਇੱਦਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ 'ਤੇ ਜੋ ਮਰਿਆਦਾ ਹੈ ਉਸ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਚਾਹੀਦਾ ਔਰ ਅਕਾਲ ਤਖ਼ਤ ਸਾਹਿਬ ਜੋ ਸਜ਼ਾ ਲਾਉਣ ਉਸਨੂੰ ਸਿਰ ਮੱਥੇ ਮੰਨਣਾ ਚਾਹੀਦਾ ਔਰ ਅੱਗੇ ਤੋਂ ਗੁਰੇਜ਼ ਕਰਨਾ ਚਾਹੀਦਾ ਕਿਸੇ ਵੀ ਗਾਇਕ ਨੂੰ ਔਰ ਜਿਹੜੇ ਖਾਸ ਤੌਰ 'ਤੇ ਪੰਜਾਬੀ ਨਾਲ ਜੁੜਦੇ ਹੋਣ, ਕੋਈ ਹੋਰ ਦੂਜੀ ਜ਼ਬਾਨ ਦਾ ਹੁੰਦਾ ਜਿਸ ਨੂੰ ਨਾ ਪਤਾ ਹੁੰਦਾ, ਦੂਜੇ ਧਰਮ ਤੋਂ ਹੁੰਦਾ। ਮੈਂ ਸਮਝਦਾ ਸਿੱਖ ਹੋ ਕੇ ਇਹ ਗਲਤੀ ਜਿਹੜੀ ਹੈ ਇਹ ਵੱਡੀ ਹੈ, ਭਾਰੀ। 2022 ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਹੈ ਮੈਂ ਸਮਝਦਾ ਕਿ ਇਸ ਵੇਲੇ BJP ਜਿੱਦਾਂ ਨਜ਼ਰ ਆ ਰਿਹਾ ਮੈਨੂੰ ਲੱਗਦਾ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਕੋਲੋਂ ਆਪਣਾ ਪੱਲਾ ਛੁਡਾਊਗੀ ਜਾਂ BJP ਇੰਨੀਆਂ ਕੁ ਸੀਟਾਂ ਲਊਗੀ ਕਿ ਸ਼੍ਰੋਮਣੀ ਅਕਾਲੀ ਦਲ B ਟੀਮ ਰਹਿ ਕੇ ਰਹਿ ਜੂਗਾ ਔਰ ਮੇਜਰ ਸ਼ੇਅਰ ਜਿਹੜਾ ਸੀਟਾਂ ਦਾ ਉਹ ਮੈਨੂੰ ਲੱਗਦਾ BJP ਲਊਗੀ ਔਰ ਮਜਬੂਰੀ 'ਚ ਇਹਨਾਂ ਨੂੰ ਦੇਣਾ ਪਏਗਾ ਕਿਉਂਕਿ ਲੋਕਾਂ 'ਚ ਇਹਨਾਂ ਦਾ ਅਸਾਰ ਖਤਮ ਹੋ ਚੁੱਕਾ ਅਕਾਲੀ ਦਲ ਦਾ। ਡੇਰਾ ਮਾਫ਼ੀ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਬਹਿਬਲ ਕਲਾਂ ਕਰਕੇ ਜਾਂ ਜਿਹੜਾ ਨਸ਼ੇ 'ਚ ਜੋ ਕੁਛ ਹੋਇਆ ਇਹ ਸਾਰਾ ਕੁਛ ਉਹਦੇ ਕਰਕੇ। ਮੈਂ ਸਮਝਦਾ ਵਾਂ ਕਿ ਢੰਡਰੀਆਂ ਵਾਲਿਆਂ ਨੇ ਜੋ ਆਖਿਆ ਸੀਗਾ ਉਹ ਮੇਰੀ ਨੌਲੇਜ ਤਾਂ ਨਹੀਂ, ਪਰ ਇੱਦਾਂ ਦੀ ਅਗਰ ਕੋਈ ਉਹਨਾਂ ਨੇ ਗੱਲ ਆਖੀ ਹੈ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਣੀ ਚਾਹੀਦੀ। ਅਕਾਲ ਤਖ਼ਤ ਸਾਹਿਬ 'ਤੇ ਇਸ ਗੱਲ ਦਾ ਤਾੜਨਾ ਲੈਣੀ ਚਾਹੀਦੀ ਹੈ, ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ, ਬਣਦੀ ਕਾਰਵਾਈ ਕਰਨੀ ਚਾਹੀਦੀ। ਅਸੀਂ 2 ਅਕਤੂਬਰ ਨੂੰ ਦਿੱਲੀ 'ਚ ਮੈਂ ਆਪਣੀ ਪਾਰਟੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਔਰ ਉਸ ਦਿਨ ਕੀਰਤਨ ਹੋ ਕੇ ਮੈਂ ਅਨਾਊਂਸ ਕਰਨ ਜਾ ਰਿਹਾ ਔਰ ਦਿੱਲੀ ਦੇ ਵਿੱਚ ਮੈਂ ਆਪਣਾ ਇੱਕ ਅਲੱਗ ਪਾਰਟੀ ਐਲਾਨ ਕਰਨ ਜਾ ਰਿਹਾ 2 ਅਕਤੂਬਰ। ਉਹ ਉਸੇ ਦਿਨ ਹੀ ਐਲਾਨ ਕਰਾਂਗੇ, ਅਸੀਂ ਰਜਿਸਟਰ ਹੋਣ ਦਿੱਤੀ ਹੈ, ਜਿਹੜਾ ਨਾਂ ਅਪਰੂਵ ਹੁੰਦਾ ਉਹ ਨਾਂ ਸਾਰਿਆਂ ਦੇ ਸਾਹਮਣੇ ਆਏਗਾ ਔਰ ਉਹ ਧਾਰਮਿਕ ਪਾਰਟੀ ਹੋਏਗੀ, ਧਾਰਮਿਕ ਇਲੈਕਸ਼ਨ ਲੜੇਗੀ, MLA ਜਾਂ MP ਦੀ ਇਲੈਕਸ਼ਨ ਨਹੀਂ ਲੜੇਗੀ। ਮੇਰੇ ਪਰਿਵਾਰ ਵੱਲੋਂ, ਮੇਰੇ ਪਿਤਾ ਵੱਲੋਂ 1950 ਤੋਂ ਦਿੱਲੀ ਦੇ ਸਿੱਖਾਂ ਦੀ ਸੇਵਾ ਕੀਤੀ ਗਈ ਹੈ, ਅਲੱਗ ਅਲੱਗ ਥਾਵਾਂ 'ਤੇ, ਕਾਲਜਾਂ, ਸਕੂਲਾਂ 'ਚ, ਗੁਰਦੁਆਰੇ ਦੀਆਂ ਜ਼ਮੀਨਾਂ ਲਈ ਜਾਂ ਸਿੱਖਾਂ ਦੇ ਮਸਲੇ ਇੰਟਰਨੈਸ਼ਨਲੀ ਹੋਣ। ਮੈਂ ਸਮਝਦਾ ਭਾਵੇਂ 1964 ਦੇ ਵਿੱਚ 22 ਮਈ ਨੂੰ ਗੋਲੀ ਚੱਲੀ ਸੀ,
ਪੌਂਟਾ ਸਾਹਿਬ, ਉਹ ਗੁਰਦੁਆਰਾ ਸਾਹਿਬ ਕਿੱਦਾਂ ਸੰਭਾਲ ਰਿਹਾ ਸੀ ਦਿੱਲੀ ਨੇ? ਮਾਸਟਰ ਤਾਰਾ ਸਿੰਘ ਹੋਰਾਂ ਨੇ ਡਿਊਟੀ ਜਹੇਦਰ ਸੰਤੋਖ ਸਿੰਘ ਹੋਰਾਂ ਦੀ ਲਾਈ ਸੀ। ਇਸੇ ਤਰੀਕੇ 1967 ਜੇ ਕਲਕੱਤੇ ਬਾਗਬੜੀ ਦਾ ਗੁਰਦੁਆਰਾ ਸੜਿਆ, ਜਾਂ 1970 ਦੇ ਵਿੱਚ ਜਦੋਂ ਆਰਡੀਨੈਂਸ ਕਰਕੇ ਤਰਾਈ ਦੇ ਸਿੱਖਾਂ ਨੂੰ ਕੱਢਿਆ ਜਾ ਰਿਹਾ ਸੀ, 1969 'ਚ ਇੰਗਲੈਂਡ 'ਚ ਪਗੜੀ ਦਾ ਮੋਰਚਾ ਲੱਗਾ ਸੀਗਾ। ਮੈਂ ਸਮਝਦਾ ਬਹੁਤ ਐਸੇ ਇਸ਼ੂਜ਼ ਨੇ ਜਿਹੜੇ ਮੇਰੇ ਪਰਿਵਾਰ ਨੇ ਹੱਲ ਕੀਤੇ। ਔਰ ਤੁਸੀਂ ਦੇਖਿਆ ਕਿ 84 ਦੀ ਲੜਾਈ ਅਸੀਂ ਕਿੱਦਾਂ ਲੜੀ, ਅੱਜ ਸੱਜਣ ਕੁਮਾਰ ਕਿਉਂ ਅੰਦਰ ਗਿਆ, 84 ਦੀ ਯਾਦਗਾਰ ਬਣਨੀ, ਸਕੂਲਾਂ ਕਾਲਜਾਂ ਦੇ ਮਿਨੋਰਟੀ ਸਟੇਟਸ ਲੈਣੇ, ਅਫਗਾਨੀ ਸਿੱਖਾਂ ਦੇ ਮਸਲੇ ਹੱਲ ਕਰਨੇ, ਜਾਂ ਅੱਜ NRIs ਦੀ ਜਿਹੜੀਆਂ ਲਿਸਟਾਂ ਮਾਫ਼ ਹੋ ਰਹੀਆਂ ਨੇ, ਜਿਹੜੀਆਂ ਐਡਵਰਸ ਲਿਸਟ ਕਹਿ ਲਓ ਜਾਂ ਬਲੈਕ ਲਿਸਟ ਕਹਿ ਲਓ, ਉਹਦੇ ਮੁਕੱਦਮੇ ਵੀ ਲੜੇ ਅਤੇ ਸਰਕਾਰ 'ਤੇ ਪ੍ਰੈਸ਼ਰ ਪਾ ਕੇ ਕੰਮ ਵੀ ਕਰਾਏ, ਔਰ ਅੱਗੋਂ ਵੀ ਇਹ ਹੋਣਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।